ਤੇ ਉਹਨਾਂ ਨੇ ਕਿਹਾ ਸੀਗਾ ਵੀ ਬੇਟੇ ਮੇਰੇ ਪਿੱਛੇ ਨਾ ਬੰਦੇ ਲੱਗੇ ਹੋਏ ਨੇਗੇ, ਉਹਨਾਂ ਨੇ ਮੇਰੀ ਇੱਕ ਲੱਤ ਦਾ ਦਾਅ ਨਾਲ ਵੱਢਤੀ। ਇਹ ਤਸਵੀਰ ਉਸ ਰਿਟਾਇਰਡ ਫੌਜੀ ਦੀ ਹੈ ਜਿਸ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲੀ ਹੈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਪਰਿਵਾਰ ਦਾ ਕਹਿਣਾ ਹੈ ਕਿ ਰਿਟਾਇਰਡ ਸੂਬੇਦਾਰ ਨਿਰਮਲ ਸਿੰਘ ਜੋ ਕਿ ਉੱਤਰ ਪ੍ਰਦੇਸ਼ ਦੇ ਕਾਸ਼ੀ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਮੰਦਿਰ 'ਚ ਮੱਥਾ ਟੇਕਣ ਦੇ ਲਈ ਗਏ ਸਨ ਤਾਂ ਉੱਥੇ ਹੀ ਉਹਨਾਂ ਦੀ ਮੌਤ ਹੋਈ ਹੈ। ਯੂਪੀ ਸਰਕਾਰ ਦਾ ਕਹਿਣਾ ਹੈ ਕਿ ਇੱਕ ਸੜਕੀ ਹਾਦਸਾ ਸੀ ਜਿਸ ਵਿੱਚ ਮੌਤ ਹੋਈ ਹੈ, ਜਦਕਿ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇੱਥੇ ਕਤਲ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਮਰਨ ਤੋਂ ਪਹਿਲਾਂ ਫੌਜੀ ਦੇ ਵੱਲੋਂ ਫੋਨ ਕੀਤਾ ਗਿਆ ਸੀ ਅਤੇ ਪਰਿਵਾਰ ਵਾਲਿਆਂ ਨੂੰ ਇਹ ਦੱਸਿਆ ਗਿਆ ਸੀ ਕਿ ਉਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਬਚਾ ਲਿਆ ਜਾਵੇ, ਜਿਸ ਤੋਂ ਬਾਅਦ ਉਹਨਾਂ ਦਾ ਫੋਨ ਨਹੀਂ ਲੱਗਿਆ ਅਤੇ ਇਹ ਖਬਰ ਆਈ ਕਿ ਉਹਨਾਂ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸਰੀਰ ਦੇ ਉੱਤੇ ਵੀ ਸੱਟਾਂ ਦੇ ਨਿਸ਼ਾਨ ਨੇ, ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹੈ, ਇਸ ਲਈ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਇਹ ਮਾਮਲਾ ਖੰਨਾ ਦੇ ਤਹਿਸੀਲ ਪਾਇਲ ਦੇ ਪਿੰਡ ਪੁਰਥਲਾ ਮੰਡੇਰ ਦਾ ਹੈ, ਜਿੱਥੋਂ ਦੇ ਰਹਿਣ ਵਾਲੇ ਸੇਵਾ ਮੁਕਤ ਸੂਬੇਦਾਰ ਨਿਰਮਲ ਸਿੰਘ ਦੀ ਕਾਸ਼ੀ ਦੇ ਵਿੱਚੋਂ ਲਾਸ਼ ਮਿਲੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਰਿਟਾਇਰਡ ਹੋਣ ਤੋਂ ਬਾਅਦ 20 ਫਰਵਰੀ ਨੂੰ ਸੇਵਾ ਮੁਕਤ ਸੂਬੇਦਾਰ ਨਿਰਮਲ ਸਿੰਘ ਕਾਸ਼ੀ ਦੇ ਵਿੱਚ ਗੁਰੂ ਰਵਿਦਾਸ ਮੰਦਿਰ 'ਚ ਮੱਥਾ ਟੇਕਣ ਗਏ ਸੀ, ਜਿੱਥੋਂ ਉਹਨਾਂ ਦਾ ਜਦੋਂ ਫੋਨ ਆਇਆ ਤਾਂ ਕਾਫ਼ੀ ਘਬਰਾਏ ਹੋਏ ਸਨ ਅਤੇ ਫੋਨ 'ਤੇ ਉਹਨਾਂ ਨੇ ਦੱਸਿਆ ਕਿ ਕੁਝ ਲੋਕ ਹਥਿਆਰ ਲੈ ਕੇ ਉਹਨਾਂ ਦਾ ਪਿੱਛਾ ਕਰ ਰਹੇ ਨੇ ਅਤੇ ਉਹਨਾਂ ਨੂੰ ਬਚਾਇਆ ਜਾਵੇ। ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਇਹ ਖਬਰ ਆਉਂਦੀ ਹੈ ਕਿ ਉਹਨਾਂ ਦੀ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸਾਫ਼ ਪਤਾ ਲੱਗ ਰਿਹਾ ਹੈ ਕਿ ਉਹਨਾਂ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਨੇ, ਕਿ ਉਹਨਾਂ 'ਤੇ ਹਮਲਾ ਕੀਤਾ ਗਿਆ ਹੈ ਅਤੇ ਇਹ ਕਤਲ ਹੈ, ਜਿਸ ਲਈ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਟਾਰਗੇਟ ਕਿਲਿੰਗ ਹੋ ਸਕਦੀ ਹੈ। ਉਧਰ ਇੱਕ ਸਾਬਕਾ ਫੌਜੀ ਦਾ ਵੀ ਕਹਿਣਾ ਹੈ ਕਿ ਜੇਕਰ ਇਸ ਮਾਮਲੇ ਦੇ ਵਿੱਚ ਇਨਸਾਫ ਨਾ ਮਿਲਿਆ ਤਾਂ ਚੁੱਪ ਨਹੀਂ ਬੈਠਣਗੇ ਅਤੇ ਉਹ ਵੀ ਸੰਘਰਸ਼ ਵਿੱਢਣਗੇ। ਉਹਨਾਂ ਨੇ ਲਾਸਟ ਟਾਈਮ ਮੈਨੂੰ ਹੀ ਕਾਲ ਕੀਤੀ ਸੀਗੀ ਸਾਡੇ ਘਰ ਦੇ ਨੰਬਰ 'ਤੇ, ਉਹਨਾਂ ਨੇ ਕਿਹਾ ਸੀਗਾ ਵੀ ਬੇਟੇ ਮੇਰੇ ਪਿੱਛੇ ਨਾ ਬੰਦੇ ਲੱਗੇ ਹੋਏ ਨੇਗੇ, ਉਹਨਾਂ ਨੇ ਮੇਰੀ ਇੱਕ ਲੱਤ ਦਾ ਦਾਅ ਨਾਲ ਵੱਢਤੀ ਅਤੇ ਉਹਨਾਂ ਨੇ ਇੱਕ ਗੱਲ ਵਾਰ ਵਾਰ ਕਹੀ ਕਿ ਬੇਟਾ ਵੀ ਮੈਂ ਇਹਨਾਂ ਨਾਲ ਕੋਈ ਬਦਤਮੀਜ਼ੀ ਨਹੀਂ ਕੀਤੀ ਹੈਗੀ, ਮੈਂ ਤਾਂ ਇਹਨਾਂ ਨੂੰ ਪਿਆਰ ਨਾਲ ਸਮਝਾਇਆ ਸੀਗਾ। ਅਸੀਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਡੈਡੀ ਜੀ, ਮਾੜੀ ਮੋਟੀ ਗੱਲਬਾਤ ਹੋ ਜਾਂਦੀ ਆ, ਆਪਾਂ ਬੈਠ ਕੇ ਸਮਝਾ ਲਵਾਂਗੇ, ਤੁਸੀਂ ਘਬਰਾਓ ਨਾ। ਉਹ ਕਹਿੰਦੇ ਪੁੱਤ ਮੇਰਾ ਕੁਛ ਨਹੀਂ ਬਚਿਆ, ਵੀ ਮੇਰੀ ਇੱਕ ਲੱਤ ਤਾਂ ਆਲਮੋਸਟ ਟੁੱਟੀ ਪਈ ਹੈ ਅਤੇ ਬਾਕੀ ਦੇ ਜਿਹੜੇ ਪਾਰਟਸ ਹੈਗੇ ਨੇ ਪੁੱਤ ਵੀ ਮੈਨੂੰ ਤੁਸੀਂ ਬਚਾ ਲਓ। ਕਹਿੰਦੇ ਵੀ ਦੋਨੇ ਭੈਣਾਂ ਵਿਆਹੀਆਂ ਹੋਈਆਂ ਨੇ, ਦੂਰ ਨੇ, ਹੈ ਨਾ। ਕਹਿੰਦੇ ਵੀ ਤੂੰ ਮੇਰੇ ਨੇੜੇ ਆ, ਮੈਂ ਰਾੜਵਾਂ ਦੀ ਸੜਕ 'ਤੇ ਭੱਜੇ ਆ ਰਿਹਾ। ਉਹਨਾਂ ਨੇ ਦੱਸਿਆ ਵੀ ਲੋਕਾਂ ਤੋਂ ਪਤਾ ਲੱਗਿਆ ਵੀ ਜਿਹੜਾ ਉੱਥੇ ਦਾ ਪੁਲ ਸੀਗਾ ਉਹ ਆਪਣੇ ਮਲੇਰਕੋਟਲਾ ਅਤੇ ਜਰਗ ਬਾਈਪਾਸ ਵਰਗਾ ਹੀ ਆ, ਕਿਉਂਕਿ ਸਾਡਾ ਡੇਲੀ ਦਾ ਉੱਥੇ ਗੇੜਾ ਹੁੰਦਾ ਸੀਗਾ ਗੱਡੀ 'ਚ। ਉਹਨਾਂ ਨੂੰ ਲੱਗਿਆ ਵੀ ਮੈਂ ਉਹੀ, ਉਹਨਾਂ ਦੇ ਦਿਮਾਗ ਦੇ ਵਿੱਚ ਉਹੀ ਰਸਤਾ ਚੱਲੀ ਜਾ ਰਿਹਾ ਸੀ ਵਾਰ ਵਾਰ। ਉਹਨਾਂ ਨੇ ਕਿਹਾ ਵੀ ਮੈਂ ਉਹੀ ਰੋਡ 'ਤੇ ਆ ਰਿਹਾ ਵੀ ਤੂੰ ਕਿਸੇ ਨੂੰ ਭੇਜ ਦੇ। ਉਸ ਤੋਂ ਬਾਅਦ ਮੈਂ ਆਪਣੀ ਚਾਚੀ ਜੀ ਉਹਨਾਂ ਨੂੰ ਕਿਹਾ ਵੀ ਤੁਸੀਂ ਫਟਾਫਟ ਲੈ ਕੇ ਆਵੋ ਉਹਨਾਂ ਨੂੰ। ਇਹ ਸਾਰੇ ਉੱਥੇ ਘੁੰਮੇ, ਉਹਨਾਂ ਨੂੰ ਕੁਛ ਨਹੀਂ ਮਿਲਿਆ, ਕਿਉਂਕਿ ਉਹਨਾਂ ਦਾ ਜਿਹੜੀ ਮਾਇੰਡ ਸੀਗੀ ਉਹ ਬਿਲਕੁਲ ਅਪਸੈਟ ਹੋਇਆ ਪਿਆ ਸੀਗਾ। ਉਹਨਾਂ ਨੂੰ ਬਿਲਕੁਲ ਨਹੀਂ ਸੀ ਐਗਜੈਕਟ ਲੋਕੇਸ਼ਨ ਦਾ ਪਤਾ ਲੱਗ ਰਿਹਾ ਮੈਂ ਐਗਜੈਕਟ ਦੇ ਵਿੱਚ ਹੈਗਾ ਕਿੱਥੇ ਆ। ਤੇ ਇਹ ਹੋਈ ਕਿੱਥੇ ਘਟਨਾ ਜੀ, ਕਿਹੜੀ ਸਟੇਟ 'ਚ ਹੋਈ ਹੈ ਤੇ ਕਿੱਥੇ ਗਏ ਹੋਏ ਸੀਗੇ ਉਹ? ਇਹ ਕਾਂਛੀ ਗਏ ਹੋਏ ਸੀਗੇ ਜੀ, 20 ਤਰੀਕ ਨੂੰ ਘਰੋਂ ਚੱਲੇ ਸੀਗੇ ਤੇ 22 ਤਰੀਕ ਨੂੰ ਪਹੁੰਚੇ ਸੀਗੇ ਸਵੇਰ ਦੇ ਟਾਈਮ, ਤੇ ਉਹਨਾਂ ਨੇ ਕਾਲ ਵੀ ਕਰੀ ਸੀਗੀ ਉੱਥੇ ਜਾ ਕੇ ਵੀ ਹਾਂਜੀ ਅਸੀਂ ਪਹੁੰਚ ਗਏ, ਠੀਕ ਠਾਕ ਪਹੁੰਚੇ ਹਾਂਗੇ। ਅਤੇ 22 ਤਰੀਕ ਨੂੰ 7:30 ਸਾਨੂੰ ਕਾਲ ਆ ਰਹੀ ਆ, ਇੱਦਾਂ ਦੀ ਕਾਲਸ ਆ ਰਹੀਆਂ ਨੇ ਡੈਡੀ ਦੀਆਂ। ਤੁਹਾਨੂੰ ਕੀ ਲੱਗਦਾ ਜਿਸ ਤਰ੍ਹਾਂ ਉੱਥੋਂ ਦੀਆਂ ਫੋਟੋਆਂ ਦੇਖੀਆਂ ਨੇ, ਹਾਲਾਤ ਦੇਖੇ ਨੇ ਵੀ ਕੀ? ਸਾਨੂੰ ਘਰਦਿਆਂ ਨੇ ਫੋਟੋਆਂ ਨਹੀਂ ਦਿਖਾਈਆਂ ਕਿਉਂਕਿ ਸਾਡੇ 'ਚ ਹਿੰਮਤ ਨਹੀਂ ਹੈਗੀ ਘਰ ਫੋਟੋਆਂ ਦੇਖਣ ਦੀ, ਕਿਉਂਕਿ ਅਸੀਂ ਹੱਸਦੇ ਖੇਡਦੇ ਆਪਣੇ ਡੈਡੀ ਨੂੰ ਭੇਜਿਆ ਸੀਗਾ ਅਤੇ ਹੁਣ ਉਹਨਾਂ ਨੇ ਸਾਨੂੰ ਫੋਟੋ ਨਹੀਂ ਦਿਖਾਈ। ਸੁਣਨ 'ਚ ਆ ਰਿਹਾ ਵੀ ਬਹੁਤ ਗਲਤ ਕੀਤਾ ਵਾ। ਕੀ ਕਰਨ ਗਏ ਸੀ? ਕੰਮ ਸੀ ਉਹ ਉੱਥੇ ਮੱਥਾ ਟੇਕਣ ਗਏ ਸੀਗੇ ਜੀ, ਰਵਿਦਾਸ ਬਾਬਾ ਜੀ ਦੇ ਦਰਸ਼ਨ ਕਰਨ ਗਏ ਸੀਗੇ। ਕਿੱਥੋਂ ਰਿਟਾਇਰ ਸੀ ਤੁਹਾਡੇ ਡੈਡੀ?
ਹਾਂਜੀ ਕਿਹੜੀ ਸਰਵਿਸ ਤੋਂ ਰਿਟਾਇਰ ਹੋਏ ਸੀ? ਉਹ ਲਾਸਟ ਆਪਣੇ ਸ਼੍ਰੀਨਗਰ ਸੀਗੀ, ਉਹਨਾਂ ਦੀ ਡਿਊਟੀ DSC ਦੇ ਵਿੱਚ ਸੀਗੇ ਜੀ। ਕੀ ਲੱਗਦਾ ਜਿਸ ਤਰ੍ਹਾਂ ਉਹਨੇ ਰੋਡ ਐਕਸੀਡੈਂਟ ਦਿਖਾਇਆ, ਰੋਡ ਐਕਸੀਡੈਂਟ ਜਾਂ ਮਰਡਰ? ਇਹ ਬਿਲਕੁਲ ਵੀ ਰੋਡ ਐਕਸੀਡੈਂਟ ਨਹੀਂ ਹੈਗਾ। ਜਦੋਂ ਤੁਸੀਂ ਫੋਟੋਆਂ ਦੇਖੋਗੇ ਨਾ, ਕੋਈ ਵੀ ਇਨਸਾਨ ਦੱਸ ਸਕਦਾ ਵੀ ਇਹ ਰੋਡ ਐਕਸੀਡੈਂਟ ਨਹੀਂ ਹੈਗਾ, ਕਿਉਂਕਿ ਕਾਰ ਆ ਨਾ ਜਿਹੜੀ ਉਹ ਇੱਕਦਮ ਫੇਟ ਮਾਰ ਕੇ ਲੰਘੂਗੀ ਤਾਂ ਇੱਕ ਸਾਈਡ ਚਿੱਬੀ ਜਾਊ ਸਾਰੀ। ਉਹ ਤਾਂ ਹੁਣ ਸਾਰੇ ਪਾਰਟਸ ਦੇ ਉੱਤੇ ਟੱਕ ਮਾਰੇ ਹੋਏ ਆ, ਜਿੱਦਾਂ ਕਿ ਇੱਕ ਦਰਖਤ 'ਤੇ ਮਾਰੇ ਜਾਂਦੇ ਆ। ਕੀ ਮੰਗ ਕਰਦੇ ਹੋ ਸਰਕਾਰ ਤੋਂ, ਵੀ ਕੀ ਹੋਣਾ ਚਾਹੀਦਾ? ਮੰਗ ਤਾਂ ਦੇਖੋ ਜੀ, ਹੁਣ ਇੱਕੋ ਹੀ ਸੀਗੇ ਸਾਡੇ ਮੁਖੀ ਘਰ ਦੇ, ਸਾਰੇ ਟੱਬਰ ਨੂੰ ਚਲਾਉਂਦੇ ਸੀਗੇ। ਦੇਖੋ ਇਹਨਾਂ ਨੂੰ ਇਨਸਾਫ਼ ਮਿਲਣਾ ਬਹੁਤ ਜ਼ਰੂਰੀ ਆ। ਸਾਨੂੰ ਤਾਂ ਆਉਣ ਵੇਲੇ ਇਹਨਾਂ ਨੇ ਫੋਟੋ ਤੱਕ ਹੱਥ ਤੱਕ ਨਹੀਂ ਲਾਉਣ ਦਿੱਤਾ, ਕਿਉਂਕਿ ਕਹਿੰਦੇ ਕੁਛ ਵੀ ਨਹੀਂ ਹੈਗਾ ਇਹ 'ਚ, ਤੁਸੀਂ ਦੇਖਣਾ ਕੀ ਆ। ਸਾਨੂੰ ਤਾਂ ਇਹੀ ਆ ਵੀ ਸਾਨੂੰ ਇਨਸਾਫ਼ ਮਿਲਣਾ ਹੀ ਚਾਹੀਦਾ। ਅਸੀਂ ਜਿਉਂਦੇ ਅਸੀਂ ਜਿੰਨਾ ਟਾਈਮ ਜਿਉਂਦੇ ਹਾਂ ਨਾ, ਸਾਨੂੰ ਇਨਸਾਫ਼ ਦੀ ਪੁਕਾਰ ਹੋਊਗੀ। ਉਹ ਆਊਟ ਆਫ ਸਟੇਟ ਹੋਣ ਕਰਕੇ ਜਾਂ ਉਧਰਲੀ ਪੁਲਿਸ ਨੇ ਜਾਂ ਜਿਹੜੇ ਨਾਲ ਬੰਦੇ ਗਏ ਸੀ, ਉਹਨਾਂ ਦਾ ਕੀ ਮਜਬੂਰੀ ਸੀ ਜਿਹੜੇ ਉਹਨਾਂ ਨੇ ਸਹੀ ਹਾਲਾਤ ਨਹੀਂ ਦੱਸੇ ਗਏ? ਅਤੇ ਜਿਸ ਤਰੀਕੇ ਨਾਲ ਪੁਲਿਸ ਨੇ ਆਪਦੇ ਸਿਰੋਂ ਲਾਹੀ ਹੈ, ਜੇ ਤਾਂ ਕੋਈ ਉਹਨਾਂ ਨੂੰ ਕਹਿਣ ਵਾਲਾ ਵੀ ਜਿਹੜਾ ਸਹੀ ਕਾਰਵਾਈ ਕਰੋ, ਫਿਰ ਤਾਂ ਪੁਲਿਸ ਉਹ ਕਰਦੀ। ਅਤੇ ਉਹਨਾਂ ਨੇ ਰੋਡ ਐਕਸੀਡੈਂਟ ਇਸ ਕਰਕੇ ਦਿਖਾਤਾ ਵੀ ਸਿਰ ਦੇ ਉੱਤੋਂ ਦੀ ਉਹ ਹੈ, ਪਰ ਜਿਹੜੇ ਤਰੀਕੇ ਨਾਲ ਫੋਟੋ 'ਤੇ ਚੰਡ ਲੱਗੇ ਹੋਏ ਆ, ਜਿਹੜੇ ਆ ਦੋਨਾਂ ਲੱਤਾਂ ਦੇ ਅੰਦਰਲੀ ਸ਼ੈਡ ਲੱਗੇ ਆ, ਇਹ ਉਦੋਂ ਲੱਗਦੇ ਆ ਜਦੋਂ ਆਦਮੀ ਦੇ ਮਗਰ ਕੋਈ ਪਿਆ ਹੋਵੇ ਅਤੇ ਡਿੱਗਿਆ ਹੋਵੇ, ਉਹ ਤਾਂ ਡਿੱਗੇ ਪਏ 'ਤੇ ਵਾਰ ਕਰਦੇ ਆ ਬਾਹਾਂ 'ਤੇ ਔਰ ਲੱਤਾਂ 'ਤੇ। ਅਤੇ ਇਹਨੂੰ ਰੋਡ ਐਕਸੀਡੈਂਟ ਤਾਂ ਤਕਨੀਕੀ ਤੌਰ 'ਤੇ ਔਰ ਫੋਟੋ ਦੇਖ ਕੇ ਉਸ ਤਰ੍ਹਾਂ ਮੰਨਿਆ ਨਹੀਂ ਜਾ ਸਕਦਾ, ਇਹ ਹੋਇਆ ਕਤਲ ਹੈ। ਪਰ ਇਹਦਾ ਇਨਸਾਫ਼ ਲੈਣ ਵਾਸਤੇ ਜਦੋਂ ਅੱਜ ਅਸੀਂ ਇੱਥੇ ਆਏ ਹਾਂ ਇਹ ਕਾਰਵਾਈ ਦੇ ਸੰਬੰਧ ਵਿੱਚ ਹੀ, ਵੀ ਇਹ ਜਿਹੜਾ ਘਰ ਵਾਲੇ ਕੀ ਚਾਹੁੰਦੇ ਆ, ਦੇਖੋ ਇਹ ਤਾਂ ਸਾਰੀ ਗੱਲ ਹੈ ਵੀ ਘਰ ਵਾਲਿਆਂ ਦੇ ਨਾਲ ਰਾਏ ਕਰਕੇ ਹੁਣ ਅਸੀਂ ਜਿੱਥੋਂ ਤੱਕ ਹੋਵੇ ਜਿਵੇਂ ਵੀ ਹੋਵੇਗੀ ਅਸੀਂ ਪੂਰੀ ਕਾਰਵਾਈ ਕਰਾਂਗੇ ਜੀ। ਜਿਸ ਤਰ੍ਹਾਂ ਹੋਰ ਵੀ ਘਟਨਾਵਾਂ ਕਈ ਵਾਰ ਸਾਹਮਣੇ ਆਈਆਂ ਨੇ ਕਿ ਪੰਜਾਬੀਆਂ ਨੂੰ ਜਿਹੜੀ ਦੂਜੀ ਸਟੇਟ ਟਾਰਗੇਟ ਕਰਕੇ ਜਿਹੜਾ ਉਹ ਮਾਹੌਲ ਖਰਾਬ ਕਰਨ ਦੀ ਵੀ ਕੋਸ਼ਿਸ਼, ਇਹੋ ਜਿਹੀ ਕੋਈ ਘਟਨਾ ਤਾਂ ਨਹੀਂ ਲੱਗਦੀ? ਨਹੀਂ, ਇਹ ਹੋ ਸਕਦੀ ਹੈ। ਇਹਦੇ ਵਿੱਚ ਦੋ ਕਾਰਨ ਹੈ, ਇੱਕ ਤਾਂ ਹੁਣ ਵੋਟਾਂ ਦਾ ਮਾਹੌਲ ਹੈ, ਜੋ RSS ਇਹ ਚਾਹੁੰਦੀ ਹੁੰਦੀ ਹੈ ਵੀ ਇਹਨੂੰ ਜਿਹੜਾ ਪੰਜਾਬ ਦੇ ਲੋਕ ਹੈ, ਪੰਜਾਬ ਹੈ, ਇਹਨੂੰ ਹਰੇਕ ਪਾਰਟੀ ਹੈ ਜਿਹੜੀ ਇੱਕ ਇਹਨੂੰ ਪ੍ਰਯੋਗਸ਼ਾਲਾ ਸਮਝਦੀ ਹੈ, ਉਸ ਦੇ ਵਿੱਚ ਵੀ ਹੋ ਸਕਦਾ ਵੀ ਵੋਟਾਂ ਦੇ ਟਾਈਮ ਉਹ ਤਾਂ ਰੌਲਾ ਪਵੇ ਵੀ ਇਹਦੇ ਪੰਜਾਬੀ ਸਿੱਖ ਨੂੰ ਮਾਰਿਆ ਗਿਆ, ਜਿਹਨੂੰ ਇਹ ਤਾਂ ਇਹ ਵੀ ਹੋ ਸਕਦਾ ਹੈ। ਦੂਸਰਾ ਕੁਛ ਨਾ ਸਾਡੇ ਇੱਧਰ ਲੋਕ ਨੇ ਜਿਹੜੇ, ਇੱਕ ਤਾਂ ਉਹ ਮੈਂ ਨਾਂ ਨਹੀਂ ਲੈਂਦਾ, ਉਹ ਲੋਕ ਕਹਿੰਦੇ ਭਈਏ ਭਜਾਓ ਭਈਏ ਭਜਾਓ, ਅਤੇ ਉਹ ਉੱਧਰ ਕੁਛ ਭਈਆਂ ਨੂੰ ਕੁੱਟਿਆ, ਅਤੇ ਉਹਦੇ ਤਹਿਤ ਵੀ ਇਹ ਹੋ ਸਕਦੀ ਹੈ। ਦੋ ਗੱਲਾਂ ਨੇ, ਇਹ ਦੋ ਗੱਲਾਂ ਬਿਲਕੁਲ ਕਲੀਅਰ ਨੇ, ਇਹਨਾਂ ਵਿੱਚੋਂ ਦੋਨਾਂ ਨੂੰ ਮੱਦੇ ਨਜ਼ਰ ਰੱਖ ਕੇ ਕਤਲ ਕੀਤਾ, ਅਤੇ ਅਸੀਂ ਪਰਿਵਾਰ ਦੇ ਨਾਲ ਰਾਏ ਕਰਕੇ ਉੱਥੇ ਤੱਕ ਵੀ ਉੱਥੇ ਸਾਡੇ ਬੰਦੇ ਹੀ ਬੈਠੇ ਆ, ਅਤੇ ਇੱਧਰ ਵੀ ਅਸੀਂ ਉਹਦੇ ਵਿੱਚ ਪੂਰੀ ਕਾਰਵਾਈ ਕਰਾਂਗੇ। ਅੱਗੇ ਕੀ ਐਫਰਟ ਰਹਿਣਗੇ ਜੀ ਇਨਸਾਫ਼ ਦਿਵਾਉਣ ਲਈ ਤੁਹਾਡੀ ਯੂਨੀਅਨ ਵੱਲੋਂ ਵੀ ਇਹਨਾਂ ਨੂੰ? ਸਾਡੇ ਵੱਲੋਂ ਤਾਂ ਇਹੀ ਇਨਸਾਫ਼ ਹੈ ਵੀ ਜਿਹੜੀ ਇੱਥੋਂ ਪਹਿਲਾਂ ਤਾਂ ਅਸੀਂ ਜਿਹੜੇ ਬੰਦੇ ਨਾਲ ਗਏ ਸੀ, 4-5 ਬੰਦੇ ਇੱਥੋਂ ਹੈ, ਉਹ ਇੱਥੇ ਖੁੱਲ੍ਹ ਕੇ ਦੱਸ ਨਹੀਂ ਰਹੇ ਇਹਨਾਂ ਨੂੰ, ਅਸੀਂ ਉਹਨਾਂ ਨੂੰ ਪਹਿਲਾਂ ਤਾਂ ਇੰਡੀਵਿਜੁਅਲ ਤੌਰ 'ਤੇ ਪੁੱਛਾਂਗੇ, ਅਗਰ ਉਹਨੇ ਨਾ ਰਾਹ ਦਿੱਤੀ ਸਾਡੀ ਸੁਗੀ ਤਾਂ ਪਹਿਲਾਂ ਤਾਂ ਉਹ ਗਲਤੀ ਛੁਪਾਉਣ ਵਾਸਤੇ ਹੀ ਸਾਡੀ, ਅਸੀਂ ਉਹ ਤਾਂ ਹੋ ਸਕਦਾ ਵੀ ਅਸੀਂ ਕਾਨੂੰਨ ਦਾ ਸਹਾਰਾ ਲਈਏ ਉਹਨਾਂ ਵਾਸਤੇ ਵੀ, ਅਗਰ ਉਹ ਗੱਲ ਸਾਡੇ ਤੋਂ ਸਹੀ ਹੋ ਜਾਂਦੀ ਹੈ ਫਿਰ ਅਸੀਂ ਅੱਗੇ ਜਾਣ ਦਾ ਕੋਸ਼ਿਸ਼ ਕਰਾਂਗੇ।